ਆਸਟ੍ਰੇਲੀਆ ਦੀ 5 ਯੂਨੀਵਰਸਿਟੀਆਂ ਨੇ ਇੰਡੀਆ ਉੱਤੇ ਕਿਉਂ ਬੈਨ ਲਗਾਇਆ, ਕਿਹੜੀ ਸਟੇਟਸ ਹੈ, ਕੀ ਕਾਰਨ ਕੀ ਹੈ? ਮੈਂ ਆਸਟ੍ਰੇਲੀਆ ਦਾ ਵੀਜ਼ਾ ਲਗਾਉਣਾ ਚਾਹੁੰਦਾ ਜੁਲਾਈ ਜਾਂ ਸੈਪਟੈਂਬਰ ਇਨਟੇਕ ਲਈ, ਮੈਨੂੰ ਕੋਈ ਪ੍ਰੋਬਲਮ ਤਾਂ ਨਹੀਂ ਆਏਗੀ, ਮੇਰਾ ਵੀਜ਼ਾ ਲੱਗ ਜਾਏਗਾ, ਰਿਜੈਕਸ਼ਨ ਆਉਣ ਦੇ ਚਾਂਸਸ ਤਾਂ ਨਹੀਂ? ਆਹ ਵੀਡੀਓ ਵਿੱਚ ਮੈਂ ਸਾਰੀ ਚੀਜ਼ਾਂ ਕਵਰ ਕਰਾਂਗਾ। ਬਹੁਤ ਸਾਰੇ ਸਟੂਡੈਂਟ ਡਰੇ ਕਿ ਆਪਾਂ ਕੈਨੇਡਾ ਦਾ ਵੀਜ਼ਾ ਲਗਾਈਏ ਜਾਂ ਆਸਟ੍ਰੇਲੀਆ ਦਾ। ਡਰੋ ਨਾ, ਤੁਹਾਡਾ ਆਸਟ੍ਰੇਲੀਆ ਜਾਣ ਦਾ ਸੁਪਨਾ ਜ਼ਰੂਰ ਪੂਰਾ ਹੋਗਾ। ਇੱਕ ਗੱਲ ਦੱਸਦਾ, ਜਿਹੜੀ ਯੂਨੀਵਰਸਿਟੀ 'ਚ ਬੈਨ ਲੱਗੇ ਏਜੰਟ ਵੀ ਉੱਥੇ ਹੀ ਭੇਜਦੇ ਸੀਗੇ, ਕਿਉਂਕਿ ਉਹ ਯੂਨੀਵਰਸਿਟੀ 'ਚ ਕਦੇ GT ਰਿਕੁਆਇਰਡ ਨਹੀਂ ਸੀਗਾ ਜਾਂ ਫੰਡਸ ਘੱਟ ਦਿਖਾਉਣੇ ਪੈਂਦੇ। ਹੁਣ ਵੋਲੋਂਗੋਂਗ ਨੇ GT ਦੀ ਜੈਨੂਇਨ ਰਿਕੁਆਇਰਮੈਂਟ ਕਰਤੀ ਹੈ, ਠੀਕ ਹੈ, ਕਾਲ ਵੀ ਆ ਸਕਦੇ, ਇੰਟਰਵਿਊ ਆ ਸਕਦਾ। ਆਹ ਗੱਲਾਂ ਦਾ ਧਿਆਨ ਦੇਣਾ, ਅਤੇ ਬਹੁਤ ਬੱਚੇ ਹੁਣ ਪਰੇਸ਼ਾਨ ਹੈ, ਉਹ ਕੀ ਕਰੀਏ, ਡਰਨ ਦੀ ਲੋੜ ਨਹੀਂ। ਅਗਰ ਤੁਸੀਂ ਆਹ 5 ਯੂਨੀਵਰਸਿਟੀ 'ਚ ਵਿਕਟੋਰੀਆ, ਐਡਿਥ ਕੋਵਨ, ਕੋਈ ਵੀ ਯੂਨੀਵਰਸਿਟੀ 'ਚ ਕੀਤਾ, ਤੁਸੀਂ ਇਹਨਾਂ ਵਿੱਚੋਂ ਅਪਲਾਈ, ਤੁਸੀਂ ਸਿੰਪਲ ਜੀ ਗੱਲ ਹੈ, ਆਪਣੇ ਫੰਡ ਸਟਰੋਂਗ ਰੱਖੋ, ਜੈਨੂਇਨ ਰੱਖੋ। ਏਜੰਟ ਨੂੰ ਪੈਸੇ ਮਤ ਦੇਣਾ, ਫੰਡਸ ਲਈ ਅਗਰ ਤੁਸੀਂ ਪੈਸੇ ਦਿੱਤੇ ਉਹ ਵੀ ਗਲਤ ਹੈ, ਫੜੇ ਜਾਓਗੇ, ਉੱਥੇ ਜਾ ਕੇ ਪਰੇਸ਼ਾਨੀ ਹੋਣੀ ਹੈ, ਫਿਰ ਮਾਂ ਪਿਓ ਨੂੰ ਹੋਰ ਪਰੇਸ਼ਾਨ ਕਰੋਗੇ। ਸੋ ਸਾਰੀ ਚੀਜ਼ਾਂ ਜੈਨੂਇਨ ਰੱਖੋ, ਮਾਰਾ ਏਜੰਟ ਤੋਂ ਮਿਲੋ, ਅਤੇ ਵੀਡੀਓ 'ਚ ਮੈਂ ਕਈ ਗੱਲਾਂ ਦੱਸੀ ਹੈ, ਉਹਨਾਂ ਨੂੰ ਫੋਲੋ ਕਰੋ, ਠੀਕ ਹੈ। PT ਦੀ SOP ਸਾਰੀ ਚੀਜ਼ਾਂ ਹੁਣ ਮੈਂ ਵੀਡੀਓ 'ਚ ਗੱਲ ਕਰਾਂਗਾ, ਉਹਦਾ ਧਿਆਨ ਦੇਣਾ। ਅਤੇ ਡੂ ਸਬਸਕ੍ਰਾਈਬ ਸਿੰਘ PT ਗਾਈਜ਼, ਇਫ ਯੂ ਆਰ ਪ੍ਰਿਪੇਅਰਿੰਗ ਫੋਰ PT। ਪੋਜ਼ਿਟਿਵ ਗੱਲ ਹੈ ਕਿ ਪ੍ਰਾਈਮ ਮਿਨਿਸਟਰ ਆਸਟ੍ਰੇਲੀਆ ਦੇ ਐਂਥਨੀ ਹੁਣੇ ਇੰਡੀਆ ਆਏ ਸੀਗੇ, ਇੱਕ ਐਗਰੀਮੈਂਟ ਹੋਏ ਸੀਗਾ ਕਿ ਇੰਡੀਆ ਅਤੇ ਆਸਟ੍ਰੇਲੀਆ ਦੇ ਵਿੱਚ ਜਿਹੜੇ ਸਟੂਡੈਂਟ ਜਾ ਰਹੇ ਪੜ੍ਹਨ ਲਈ, ਪ੍ਰੋਪਰ ਪੜ੍ਹਨ, ਜਿਨ੍ਹਾਂ ਨੂੰ ਪੜ੍ਹਨਾ ਹੈ, ਉਹ ਈਜ਼ਲੀ ਜਾ ਸਕਦੇ ਹੈ। ਬਟ ਹੋਇਆ ਕਿ 2019 ਤੋਂ ਬਾਅਦ, ਕੋਵਿਡ ਤੋਂ ਬਾਅਦ ਦੀ ਗੱਲ ਹੈ, ਬਹੁਤ ਸਾਰੀ ਇੰਡੀਅਨ ਐਪਲੀਕੇਸ਼ਨ ਦੂਜੇ ਦੇਸ਼ਾਂ ਤੋਂ ਵੀ ਲੱਗੇ ਵੀਜ਼ਾਸ, ਬਟ ਇੰਡੀਅਨ ਸਟੂਡੈਂਟਸ 75,000 ਸਟੈਟਿਸਟਿਕ 'ਚ ਪਾਏ ਗਏ, ਇੰਨੇ ਬੱਚੇ 2019-2020 'ਚ ਆਸਟ੍ਰੇਲੀਆ ਸਟੂਡੈਂਟ ਵੀਜ਼ਾ 'ਤੇ ਗਏ ਸੀਗੇ, ਅਤੇ ਬਟ ਕਈਆਂ ਦੀ ਐਪਲੀਕੇਸ਼ਨ ਸਟਰੋਂਗ ਨਹੀਂ ਸੀਗੀ। ਗੈਪ ਗਲਤ ਦੱਸ ਰਿਹਾ, ਫੰਡਸ ਗਲਤ ਦਿਖਾ ਰਹੇ, ਠੀਕ ਹੈ, ਇਹਦੇ ਵਿੱਚ ਬੱਚੇ ਦਾ ਕਸੂਰ ਹੈ ਜਾਂ ਏਜੰਟ ਦਾ, ਉਹ ਤੁਹਾਨੂੰ ਵੀ ਪਤਾ ਹੈ। ਕਈ ਏਜੰਟਸ ਹੈ ਜਿਨ੍ਹਾਂ ਕਰਕੇ ਯੂਨੀਵਰਸਿਟੀਜ਼ ਵੀ ਪ੍ਰੋਬਲਮ 'ਚ ਆ ਚੁੱਕੀ, ਕਿਉਂਕਿ ਹੋਮ ਅਫੇਅਰਸ ਨੇ ਉਹਨਾਂ ਨੂੰ ਵੇਖਿਆ, ਉਹਨਾਂ ਤੋਂ ਪੁੱਛਿਆ ਕਿ ਅਗਰ ਆਪਾਂ ਵੀ ਐਪਲੀਕੇਸ਼ਨ ਚੈੱਕ ਕਰੇ, ਤੁਹਾਡੇ ਸਟੂਡੈਂਟਸ ਬਿਨਾਂ ਗੈਪ ਦਿਖਾਏ ਪ੍ਰੋਪਰ ਜੈਨੂਇਨ ਸਟੂਡੈਂਟ, ਜੈਨੂਇਨ ਐਂਟਰੀ ਵੀ ਨਹੀਂ ਆ ਰਹੇ। ਸੋ ਉਹ ਕਿਹੜੇ ਯੂਨੀਵਰਸਿਟੀਜ਼ ਹੈ, ਕਿਹੜੇ ਕਾਲਜ ਹੈ, ਇਸ ਵੀਡੀਓ ਵਿੱਚ ਮੈਂ ਕਵਰ ਕਰਾਂਗਾ। ਬਟ ਪਹਿਲੇ ਡਰਨ ਵਾਲੀ ਲੋੜ ਨਹੀਂ, ਤੁਹਾਡਾ ਆਸਟ੍ਰੇਲੀਆ ਦਾ ਸੁਪਨਾ ਪੂਰਾ ਸਾਕਾਰ ਹੋਗਾ। ਕਿਉਂ ਹੋਗਾ? ਅਗਰ ਤੁਸੀਂ ਆਪਣੀ PT ਟਾਈਮ 'ਤੇ ਕਰੋ, ਤੁਸੀਂ ਪ੍ਰੋਪਰ ਆਪਣੇ ਫੰਡਸ ਦਿਖਾਓ, ਤੁਹਾਡਾ ਗੈਪ ਵੀ ਜੈਨੂਇਨ ਹੋ, ਕੁਛ ਵਧੀਆ, ਤੁਹਾਡੀ ਐਪਲੀਕੇਸ਼ਨ ਸੋਲਿਡ ਹੋ, ਤੁਹਾਡੀ SOP ਸਟੇਟਮੈਂਟ ਆਫ ਪਰਪਸ, ਆ ਚੀਜ਼ ਲਿਖ ਲਓ ਆਪਣੀ ਨੋਟਬੁੱਕ 'ਚ, ਸਟੇਟਮੈਂਟ ਆਫ ਪਰਪਸ ਏਜੰਟ ਨੂੰ ਕਹਿਣਾ ਮੇਰਾ ਵਧੀਆ ਹੋਏ, ਪ੍ਰੋਪਰ ਡਿਫਾਈਨ ਕਰਨਾ ਕਿ ਤੁਸੀਂ ਉੱਥੋਂ ਪੜ੍ਹ ਕੇ ਇੰਡੀਆ ਵਾਪਸ ਆਉਣੇ, ਠੀਕ ਹੈ, ਉਹ ਤਾਂ ਤੁਹਾਡੀ ਮਰਜ਼ੀ, ਜਿਵੇਂ ਆਪਾਂ ਉੱਥੇ ਵੀ ਪੱਕੇ ਹੋਣਾ, ਬਟ ਆਹ ਚੀਜ਼ ਤੁਹਾਨੂੰ ਡਿਕਲੇਅਰ ਕਰਨੀ ਪੈਂਦੀ ਹੈ। ਸੋ ਆਪਣਾ SOP ਸਟਰੋਂਗ ਰੱਖੋ। ਬਟ ਉਹ ਕਿਹੜੀ 5 ਯੂਨੀਵਰਸਿਟੀਜ਼ ਹੈ? ਵਿਕਟੋਰੀਅਨ ਯੂਨੀਵਰਸਿਟੀ, ਸਦਰਨ ਕ੍ਰੋਸ ਦੇ ਏਜੰਟ ਜਿਹੜੇ ਅਪਲਾਈ ਕਰ ਰਹੇ, ਸਪੈਸ਼ਲੀ ਏਜੰਟਸ, ਐਡਿਥ ਕੋਵਨ ਪਰਥ ਵਾਲੀ ਯੂਨੀਵਰਸਿਟੀ ਆਫ ਵੋਲੋਂਗੋਂਗ ਹੈ, ਠੀਕ ਹੈ। ਇਹਨਾਂ ਵਿੱਚ ਕੀ ਹੋਇਆ, ਕਈ ਬੱਚਿਆਂ ਨੇ ਆਪਣਾ ਗੈਪ ਗਲਤ ਦਿਖਾਇਆ, ਠੀਕ ਹੈ, ਪ੍ਰੋਪਰ ਫੰਡਸ ਨਹੀਂ ਹੈ, ਇਨਕੰਪਲੀਟ, ਮਤਲਬ ਫਰੋਡੀਲੈਂਟ ਪ੍ਰੈਕਟਿਸ, ਜਿਹੜੀ ਵੀ ਚੀਜ਼ਾਂ ਦਿਖਾ ਰਹੇ ਤੁਸੀਂ ਉਹ ਗਲਤ ਹੈ, ਆਪਣੀ ਹਸਬੈਂਡ ਵਾਈਫ ਦੇ ਐਪਲੀਕੇਸ਼ਨ ਜੋ ਵੀ। ਅਤੇ ਪਹਿਲੀ ਗੱਲ, ਇਹਦਾ ਰੀਜ਼ਨ ਕੀ ਹੈ, ਹੁਣੇ ਕਿਉਂ ਪਕੜ 'ਚ ਆਇਆ, ਕਿਉਂਕਿ ਕੋਵਿਡ ਤੋਂ ਬਾਅਦ ਜਦੋਂ ਆਸਟ੍ਰੇਲੀਅਨ ਗੌਰਮੈਂਟ ਨੇ ਆਹ ਚੀਜ਼ਾਂ ਨੋਟ ਕੀਤੀ, ਅਤੇ ਸਪੈਸ਼ਲੀ ਵਰਕਿੰਗ ਆਵਰਸ ਵੀ 20 ਆਵਰਸ ਤੋਂ ਹਟ ਕੇ 40 ਹੋਏ, ਗੌਰਮੈਂਟ ਨੂੰ ਸ਼ੱਕ ਪੈ ਗਿਆ ਕਿ ਬੱਚੇ ਤਾਂ ਇੱਥੇ ਆ ਕੇ ਕੰਮ ਕਰ ਰਹੇ। ਸਟੂਡੈਂਟ ਵੀਜ਼ਾ ਸਭ ਤੋਂ ਈਜ਼ੀਐਸਟ ਰਾਸਤਾ ਬਣ ਗਿਆ, ਉਹ ਤੁਹਾਨੂੰ ਵੀ ਪਤਾ ਹੈ, ਸਟੂਡੈਂਟ ਵੀਜ਼ਾ 'ਤੇ ਬੱਚੇ ਆ ਕੇ ਇੱਥੇ ਕੰਮ ਕਰ ਰਹੇ ਹੈ, ਬਟ ਉਹ ਓਨਾ ਹੀ ਕੰਮ ਕਰੇ ਜਿੰਨਾ ਇੱਕ ਵਰਕਿੰਗ ਵੀਜ਼ਾ। ਤਾਂ ਵਰਕਿੰਗ ਔਰ ਸਕਿੱਲ 'ਚ ਕੀ ਫਰਕ ਹੋਇਆ? ਸਕਿੱਲਡ ਵੀਜ਼ਾ ਲੈਣ ਲਈ ਤਾਂ ਬੜੇ ਪੰਗੇ ਪੈਂਦੇ ਇੱਥੇ, ਰਾਈਟ? ਸਕਿੱਲਡ ਵੀਜ਼ਾ ਉਹਨਾਂ ਦਾ ਲੱਗਦਾ ਜਿਹਨਾਂ ਕੋਲ ਆਕੂਪੇਸ਼ਨ ਲਿਸਟ 'ਚ ਉਹਨਾਂ ਦੀ, ਯੂ ਨੋ, ਇਨ ਦਾ ਆਕੂਪੇਸ਼ਨ ਉਹਨਾਂ ਦੀ ਟੌਪ ਮੋਸਟ ਗਿਣੀ ਜਾਏ, ਬਟ ਹਰ ਬੱਚਾ ਸਟੂਡੈਂਟ ਵੀਜ਼ਾ 'ਤੇ ਆ ਕੇ ਇੱਥੇ ਪੜ੍ਹਾਈ ਛੱਡ ਰਿਹਾ, ਯੂਨੀਵਰਸਿਟੀਜ਼ ਚੇਂਜ ਕਰ ਰਿਹਾ। ਸੋ ਆਹ ਜਿਹੜੀ ਵੀ ਯੂਨੀਵਰਸਿਟੀਜ਼ ਹੈ, ਇਹਨਾਂ ਦੇ ਨਾਮ ਮੈਂ ਇੱਥੇ ਲਿਖਾਂਗਾ, ਤੁਹਾਡੀ ਯੂਨੀਵਰਸਿਟੀ ਆਫ ਵਿਕਟੋਰੀਆ, ਤੁਹਾਡੀ ਟੋਰੈਂਸ ਯੂਨੀਵਰਸਿਟੀ ਆਫ ਵੋਲੋਂਗੋਂਗ ਹੈ, ਅਤੇ ਸਦਰਨ ਕ੍ਰੋਸ, ਆਹ ਸਾਰੀ ਯੂਨੀਵਰਸਿਟੀ 'ਚ ਆ ਪੰਗੇ ਪੈ ਰਹੇ ਹਨ। ਸੋ ਪਹਿਲੀ ਗੱਲ ਤਾਂ, ਅਗਰ ਤੁਸੀਂ ਆਸਟ੍ਰੇਲੀਆ ਆਉਣਾ ਹੈ, ਆ ਯੂਨੀਵਰਸਿਟੀ ਨੂੰ ਛੱਡ ਕੇ ਦੂਜੀ ਯੂਨੀਵਰਸਿਟੀ ਲੱਭੋ, ਕਿਉਂਕਿ ਏਜੰਟ ਤੁਹਾਨੂੰ ਆਹੀ ਯੂਨੀਵਰਸਿਟੀ 'ਚ ਭੇਜੇਂਗੇ, ਕਿਉਂਕਿ ਉਹਨਾਂ ਨੂੰ ਵੀ ਪਤਾ ਹੈ RMIT ਕਈ ਇੱਦਾਂ ਦੀ ਯੂਨੀਵਰਸਿਟੀਜ਼ ਹੈ ਜਿੱਥੇ ਫੰਡਸ ਨਹੀਂ ਮੰਗਦੇ, ਠੀਕ ਹੈ। ਸੋ ਅਗਰ ਦੇਖੋ, ਮੈਂ ਵੀ ਆਸਟ੍ਰੇਲੀਆ ਗਿਆ, ਬੀਨ ਟੂ ਆਸਟ੍ਰੇਲੀਆ, ਮੈਂ 2 ਸਾਲ ਰਿਹਾ। ਮੈਂ ਜਦੋਂ ਆਸਟ੍ਰੇਲੀਆ ਗਿਆ ਸੀਗਾ, ਮੇਰੇ PT ਦਾ ਸਕੋਰ ਵਧੀਆ ਸੀਗਾ, ਮੈਨੂੰ ਕੋਈ ਪ੍ਰੋਬਲਮ ਨਹੀਂ ਆਈ। ਸਭ ਤੋਂ ਪਹਿਲਾਂ ਆਪਣੇ PT ਦਾ ਵਧੀਆ ਸਕੋਰ ਲਾਓ। ਮਾਈ ਨੇਮ ਇਜ਼ ਗੁਨਕੀਰਤ ਸਿੰਘ, ਆਮ ਔਨਲਾਈਨ PT ਟ੍ਰੇਨਰ ਸਿੰਘ PT। ਮੈਂ ਇੱਥੇ ਪ੍ਰੋਪਰ ਆਪਣੀ YouTube ਵੀਡੀਓਜ਼ ਪਾਉਂਦਾ ਰਹਿੰਦਾ PT 'ਤੇ, ਤੁਸੀਂ ਵੇਖ ਸਕਦੇ ਹੋ। ਬਟ ਪਹਿਲੀ ਗੱਲ, ਆਪਣੇ PT 'ਚ ਵਧੀਆ ਸਕੋਰ ਲਾਓ। ਅਗਰ ਤੁਸੀਂ ਆਸਟ੍ਰੇਲੀਆ ਜਾਣਾ, ਤੁਹਾਡੇ PT ਵਧੀਆ ਸਕੋਰ ਹੋ, ਤੁਹਾਨੂੰ ਸਕੋਲਰਸ਼ਿਪ ਮਿਲੇਗੀ। ਮੁਝੇ ਸਵਿਨਬਰਨ ਯੂਨੀਵਰਸਿਟੀ ਦਿਓ, ਆਈ ਸਟਾਰਟ ਦੇ ਅਰਲੀ ਪ੍ਰਾਇਮਰੀ ਐਜੂਕੇਸ਼ਨ ਕੋਰਸ, ਕੁਛ ਇੱਦਾਂ ਦਾ ਚੁਣੋ ਜਿਹੜਾ ਬੜਾ ਯੂਨੀਕ ਹੋ, ਨਰਸਿੰਗ, ਟੀਚਿੰਗ, IT, ਓਕੇ, ਆਲ ਰਾਈਟ। ਹਰ ਬੰਦਾ BBA ਕਰ ਰਿਹਾ, ਤੁਹਾਡਾ ਵੀਜ਼ੇ ਵੀ BBA 'ਚ ਲੱਗਦੇ, ਠੀਕ ਹੈ, BBA MBA ਉੱਥੇ ਜਾ ਕੇ ਤੁਸੀਂ ਚੇਂਜ ਕਰਦੇ ਹੋ। ਸੱਚੀ ਗੱਲ ਦੱਸਾਂ, ਚੇਂਜ ਕਰਦੇ ਹੋ, 6 ਮਹੀਨੇ ਤਾਂ ਤੁਸੀਂ ਬਰਬਾਦ ਕਰਦੇ ਹੋ। ਸੋ ਆਪਣੇ ਪੈਸੇ ਨਾ ਬਰਬਾਦ ਕਰੋ, ਪ੍ਰੋਪਰਲੀ ਚੂਜ਼ ਕਰੋ। ਆਸਟ੍ਰੇਲੀਆ ਨੇ ਰਿਸਟ੍ਰਿਕਸ਼ਨਸ ਲਗਾਏ, ਅਤੇ ਆ 5 ਸਟੇਟਸ ਹੈ ਜਿਨ੍ਹਾਂ ਉੱਤੇ ਲਗਾਏ।
ਉੱਤਰ ਪ੍ਰਦੇਸ਼, ਰਾਜਸਥਾਨ, ਪੰਜਾਬ, ਹਰਿਆਣਾ, ਠੀਕ ਹੈ, ਗੁਜਰਾਤ, ਇਹਨਾਂ ਵਿੱਚੋਂ ਕੋਈ ਬਹੁਤ ਸਾਰੇ ਏਜੰਟਸ ਹੈ ਜਿਹੜੇ ਨਕਲੀ ਚੀਜ਼ਾਂ, ਤੁਸੀਂ ਭਾਵੇਂ ਵੱਧ ਪੈਸੇ ਦੇ ਲਓ ਬਟ ਅਗਰ ਤੁਸੀਂ ਕੁਝ ਗਲਤ ਐਪਲੀਕੇਸ਼ਨ 'ਚ ਕੀਤਾ, ਗੈਪ ਆਪਣਾ ਕੱਟ ਦਿਖਾਇਆ, ਤੁਸੀਂ ਇੱਥੇ ਨਹੀਂ ਫੜੇ ਜਾਣਾ, ਉੱਥੇ ਜਾ ਕੇ ਤੁਸੀਂ ਡਿਪੋਰਟ ਵੀ ਹੋ ਸਕਦੇ ਹੋ। ਜਿਹੜੀ ਚੀਜ਼ਾਂ ਹੁਣ ਕੈਨੇਡਾ 'ਚ ਹੁੰਦੀ ਸੀਗੀ ਉਹ ਆਸਟ੍ਰੇਲੀਆ 'ਚ ਹੋਣ ਲੱਗੀ ਹੈ। ਸੋ ਦਿਸ ਵੀਡੀਓ ਇਜ਼ ਟੂ ਅਵੇਅਰ ਯੂ ਕਿ ਅਗਰ ਤੁਹਾਡੇ ਨਾਲ ਜਾਂ ਤੁਹਾਡਾ ਕੋਈ ਫਰੈਂਡ ਹੈ ਜਿਹੜਾ ਆਸਟ੍ਰੇਲੀਆ ਜਾ ਰਿਹਾ, ਉਹਨੂੰ ਦੱਸੋ। ਪਹਿਲੀ ਗੱਲ ਤਾਂ ਯੂਨੀਵਰਸਿਟੀ ਅਪਲਾਈ ਕਰਨ ਤੋਂ ਪਹਿਲਾਂ ਦੇਖੋ ਤੁਹਾਡੀ ਕਿੰਨੀ ਰਿਕੁਆਇਰਮੈਂਟ ਹੈ, ਬੈਂਡ ਰਿਕੁਆਇਰਮੈਂਟ, ਠੀਕ ਹੈ। ਬੱਚੇ ਨੂੰ ਪਤਾ ਹੀ ਨਹੀਂ ਪੀਟੀ ਦੀ ਬੈਂਡ ਰਿਕੁਆਇਰਮੈਂਟ, ਅਗਰ ਏਜੰਟ ਕਹੀ ਨਹੀਂ ਨਹੀਂ ਆਪਾਂ 58 ਅਤੇ 55 'ਤੇ ਪਾ ਦਿੰਦੇ, ਨਹੀਂ, ਦੁਬਾਰਾ ਪੀਟੀ ਪੇਪਰ ਦੇ ਦਿਓ। ਹਾਂਜੀ, ਪੀਟੀ ਦਾ ਪੇਪਰ ਦੁਬਾਰਾ ਦੇ ਦਿਓ, ਵਰਨਾ ਉੱਥੇ ਪ੍ਰੋਬਲਮ ਆ ਗਈ, CUE ਕੈਂਸਲ ਵੀ ਹੁੰਦੀ ਹੈ। ਮੇਰੇ ਕਈ ਸਟੂਡੈਂਟਸ ਹੈ ਜਿਨ੍ਹਾਂ ਨੇ ਦੱਸਿਆ ਸੀਗਾ ਉਹਨਾਂ ਦੀ ਬ੍ਰਦਰ ਸਿਸਟਰ ਦੀ CUE ਕੈਂਸਲ ਹੋ ਗਈ ਸੀਗੀ ਆਸਟ੍ਰੇਲੀਆ ਪਹੁੰਚਦੇ ਹੀ। ਤੁਹਾਡੀ ਅਗਰ CUE ਕੈਂਸਲ ਹੋ ਜਾਏ ਨਾ, ਤੁਹਾਨੂੰ 2 ਸਾਲ ਦੀ MRT ਜਾਂ ਕੁਛ ਵੀ ਪਾਉਣਾ ਪੈ ਸਕਦਾ, ਉੱਥੇ ਜਾ ਕੇ ਬਹੁਤ ਪ੍ਰੋਬਲਮ ਆਉਂਦੀ ਹੈ। ਆ ਗੱਲਾਂ ਦਾ ਧਿਆਨ ਦੇਣਾ, ਜਿਨ੍ਹਾਂ ਨੂੰ ਨਹੀਂ ਪਤਾ ਸਰਚ ਕਰ ਸਕਦੇ MRT ਬਾਰੇ, ਮੈਂ ਇੱਥੇ ਮੈਂਸ਼ਨ ਕਰ ਦੇਣਾ। ਸੋ ਪਲੀਜ਼ ਧਿਆਨ ਦਿਓ, ਸਟੂਡੈਂਟ ਵੀਜ਼ਾ ਸਭ ਤੋਂ ਈਜ਼ੀਐਸਟ ਆਪਸ਼ਨ ਹੈ ਆਸਟ੍ਰੇਲੀਆ ਜਾਣ ਦਾ। ਇੱਕ ਵਾਰ ਤੁਸੀਂ ਪਹੁੰਚ ਗਏ ਉੱਥੇ, ਪ੍ਰੋਪਰ ਵੇਖੋ ਕੀ ਪੜ੍ਹਨਾ ਹੈ, ਆਪਣੇ ਕੰਮ ਤੋਂ ਰਿਲੇਟਿਡ ਹੀ ਪੜ੍ਹਾਈ ਕਰੋ, ਠੀਕ ਹੈ। PR ਵੀ ਈਜ਼ਲੀ ਹੋਏਗੀ, ਬਟ ਯੂਨੀਵਰਸਿਟੀਜ਼ ਉਹ ਚੁਣੋ ਜਿਨ੍ਹਾਂ ਦੀ ਰੈਪੂਟੇਸ਼ਨ ਵਧੀਆ, ਫੀਸ ਵੀ ਜ਼ਿਆਦਾ ਮਹਿੰਗੀ ਨਾ। ਉੱਤੇ ਇੱਕ ਗੱਲ ਧਿਆਨ ਦੇਣਾ, ਆਹ ਸਾਰੇ ਲਈ ਨਹੀਂ ਹੈ, ਜਿਨ੍ਹਾਂ ਦੀ ਅੱਛੀ ਸੋਲਿਡ ਫਾਈਲ ਹੈ। ਫੋਰ ਐਗਜ਼ਾਮਪਲ ਮੇਰੀ, ਮੈਂ 12th ਕੀਤੀ, ਮੇਰਾ ਕੋਈ ਗੈਪ ਨਹੀਂ ਸੀਗਾ, ਤੁਸੀਂ 12th ਕੀਤੀ, ਤੁਸੀਂ ਮਾਸਟਰਸ ਕੀਤੀ, ਬੈਚਲਰ, ਸਿੱਧਾ ਗੈਪ, ਅਗਰ ਗੈਪ ਹੈਗਾ ਵੀ ਤੁਹਾਡਾ ਕੋਈ ਜੈਨੂਅਨ, ਇੱਦਾਂ ਦਿਖਾ ਦਿਓ ਮੈਂ ਜੋਬ ਕਰਿਆ ਸੀਗਾ ਜਾਂ ਕੁਛ ਡਿਪਲੋਮਾ ਕਰਿਆ ਸੀਗਾ, ਡੂ ਐਨੀਥਿੰਗ ਟੂ ਕਵਰ ਦੈਟ ਗੈਪ, ਅਤੇ ਜੈਨੂਅਨ ਹੋਏ। ਕਿਉਂਕਿ ਅੱਜ ਗਾਈਸ ਹੁਣ ਨਜ਼ਰ ਪੈ ਚੁੱਕੀ ਹੈ ਇੰਡੀਆ ਉੱਤੇ, ਆਸਟ੍ਰੇਲੀਆ ਵਾਲਿਆਂ ਦੀ ਇੰਡੀਆ ਉੱਤੇ ਨਜ਼ਰ ਪੈ ਗਈ ਹੈ। ਹੁਣ ਤੁਸੀਂ ਉਹਨਾਂ ਦੇ ਰਿਡਾਰ 'ਚ ਹੋ, ਅਗਰ ਤੁਹਾਨੂੰ ਆਪਣਾ ਸਟੂਡੈਂਟ ਵੀਜ਼ਾ ਲਗਾਉਣਾ ਹੈ, ਪ੍ਰੋਪਰ ਜੈਨੂਅਨ ਬਣ ਕੇ ਚਲੋ, ਠੀਕ ਹੈ, ਰੱਬ ਦਾ ਨਾਮ ਲਓ ਅਤੇ ਵੀਜ਼ਾ ਲੱਗ ਵੀ ਜਾਣਾ ਹੈ। ਬਟ ਇਹ ਗੱਲ ਦਾ ਧਿਆਨ ਦੇਣਾ, PTE ਸਟੇਟਮੈਂਟ ਆਫ ਪਰਪਸ, ਪ੍ਰੋਪਰ ਆਪਣੀ ਆਸਟ੍ਰੇਲੀਅਨ ਯੂਨੀਵਰਸਿਟੀ ਦਾ ਕੋਰਸ ਦਾ ਸਰਚ ਕਰੋ, ਏਜੰਟ ਤੋਂ ਪੁੱਛੋ। ਤੁਸੀਂ ਏਜੰਟ ਕੋਲ ਜਾ ਰਹੇ ਹੋ, ਪਹਿਲੀ ਗੱਲ ਤਾਂ ਕੋਈ ਮਾੜਾ ਏਜੰਟ, ਆਸਟ੍ਰੇਲੀਅਨ ਮਾੜਾ ਏਜੰਟ ਲੱਭੋ, ਠੀਕ ਹੈ, ਭਾਵੇਂ ਉਹ ਇੰਡੀਆ 'ਚੋਂ ਬਾਹਰੋਂ, ਮਾੜਾ ਏਜੰਟ ਤੁਹਾਨੂੰ ਸੱਚੀ ਗੱਲ ਦੱਸੇਗਾ, ਅ ਰਜਿਸਟਰਡ ਏਜੰਟ ਆਫ ਆਸਟ੍ਰੇਲੀਆ, ਠੀਕ ਹੈ। ਦੂਜੀ ਗੱਲ, ਜਿਹੜਾ ਕੋਰਸ ਤੁਸੀਂ ਕਰ ਰਹੇ ਹੋ ਉਹ ਧਿਆਨ ਦਿਓ ਤੁਹਾਡੇ ਫੀਲਡ ਤੋਂ ਰੈਲੀਵੈਂਟ ਹੋ, ਕੋਰਸ ਸ਼ੁੱਡ ਬੀ ਰੈਲੀਵੈਂਟ, ਕੋਰਸ ਰੈਲੀਵੈਂਟ ਨਹੀਂ ਹੋਇਆ ਖਰਾਬ ਹੋ ਜਾਣਾ, ਠੀਕ ਹੈ। PTE ਕੋਰਸ ਸ਼ੁੱਡ ਬੀ ਰੈਲੀਵੈਂਟ, ਉੱਥੇ ਪਹੁੰਚ ਗਏ 6 ਮਹੀਨੇ ਬਾਅਦ, ਦੇਖੋ ਜਿਨ੍ਹਾਂ ਨੇ ਵੀ ਚੇਂਜ ਕਰਨੀ ਹੈਗਾ ਉਹ ਕਰਦੇ ਆ, ਬਟ ਧਿਆਨ ਦਿਓ ਕਿ ਇੱਕ ਵਧੀਆ ਕੋਰਸ 'ਚ ਜਾਓ ਤਾਂ ਕਿ ਤੁਹਾਡੇ ਮਾਂ ਪਿਓ ਦੇ ਪੈਸੇ ਬਚੇ। ਮੈਂ ਐਜ਼ ਅ PD ਟ੍ਰੇਨਰ, ਮੈਂ ਆਵ ਬੀਨ ਟੂ ਆਸਟ੍ਰੇਲੀਆ, ਮੈਂ ਸਵਿਨਬਨ ਗਿਆ ਸੀਗਾ, ਮੈਂ ਉੱਥੇ ਜਾ ਕੇ ਫਿਰ ਆਪਣੀ ਟੀਚਿੰਗ ਡਿਗਰੀ ਕੀਤੀ, ਜੋ ਚੀਜ਼ਾਂ ਮੇਰੇ ਨਾਲ ਵਾਪਰੀ ਹੈ ਮੈਂ ਉਹ ਤੁਹਾਨੂੰ ਦੱਸ ਰਿਹਾ। ਅਗਰ ਤੁਸੀਂ ਚਾਹੁੰਦੇ ਹੋ ਤੁਹਾਡੇ ਨਾਲ ਇਹਦਾ ਕੁਛ ਨਾ ਹੋਏ, ਮੇਰੀ ਗੱਲ ਧਿਆਨ ਨਾਲ ਸੁਣੋ, PTE ਕੋਰਸ ਦਾ ਧਿਆਨ ਦੇਣਾ, ਅਤੇ ਡਰਨ ਵਾਲੀ ਲੋੜ ਨਹੀਂ। ਈਵਨ ਅਗਰ ਤੁਸੀਂ ਰਾਜਸਥਾਨ 'ਚ ਹੋ, ਤੁਸੀਂ ਪੰਜਾਬ 'ਚ ਹੋ, ਤੁਸੀਂ ਕਿੱਥੇ ਵੀ ਹੋ, ਤੁਹਾਡਾ ਆਸਟ੍ਰੇਲੀਆ ਕੈਨੇਡਾ ਜ਼ਰੂਰ ਵੀਜ਼ਾ ਲੱਗੇਗਾ। ਪ੍ਰਾਈਮ ਮਿਨਿਸਟਰ ਹੁਣੇ ਤਾਂ ਇੰਡੀਆ ਆਏ, ਉਹਨਾਂ ਨੇ ਪ੍ਰੋਪਰ ਟਾਈਜ਼ ਮੇਨਟੇਨ ਕੀਤੇ, ਅਤੇ ਗਾਈਜ਼ ਇੰਡੀਆ ਤੋਂ ਆਸਟ੍ਰੇਲੀਆ ਜਾਂ ਕਿਤੋਂ ਵੀ ਜਾ ਰਹੇ ਹੋ, ਈਜ਼ੀ ਹੈ ਬਟ ਇੱਕ ਪ੍ਰੋਪਰ ਤਰੀਕੇ ਨਾਲ, ਕਿਉਂਕਿ ਅਗਰ ਫੜੇ ਗਏ ਤਾਂ ਬੈਨ ਵੀ ਲੱਗ ਸਕਦਾ ਹੈ। ਬੈਨ ਲੱਗਿਆ, ਤੁਸੀਂ ਵੇਖਿਆ ਕੈਨੇਡਾ ਦੇ 200 ਸਟੂਡੈਂਟ ਡਿਪੋਰਟ ਹੋਏ, ਹੁਣ ਆਸਟ੍ਰੇਲੀਆ ਵੀ ਇਸ ਰਾਹ 'ਤੇ ਤੁਰ ਗਿਆ, ਕਿਉਂਕਿ ਉਹਨਾਂ ਨੂੰ ਹੈਰਾਨੀ ਕਿ ਬੱਚੇ ਉੱਥੇ ਜਾ ਕੇ ਇੰਨਾ ਕੰਮ ਕਰ ਰਹੇ। ਸਟੂਡੈਂਟ ਵੀਜ਼ਾ 'ਤੇ 20 ਘੰਟੇ ਦਾ ਇਲਾਵਾ ਵੀ, ਜਦੋਂ ਕੋਵਿਡ ਸੀਗਾ ਉਸ ਟਾਈਮ ਵਿੱਚ 40 ਆਵਰਸ ਉਹਨਾਂ ਨੇ ਅਲਾਓ ਕੀਤਾ, ਅਤੇ ਬੱਚੇ ਇੰਨਾ ਕੰਮ ਕਰ ਰਹੇ, ਆਹ ਚੀਜ਼ਾਂ ਦਾ ਧਿਆਨ ਦੇਣਾ, ਠੀਕ ਹੈ। ਸੋ ਦਿਸ ਵੀਡੀਓ, ਦਿਸ ਸ਼ੋਰਟ ਵੀਡੀਓ ਇਜ਼ ਟੂ ਟੈਲ ਯੂ ਕਿ ਪਹਿਲੀ ਗੱਲ ਤਾਂ ਡਰੋ ਨਾ, ਪ੍ਰੋਪਰ ਆਪਣੀ ਫਾਈਲ ਦੇਖੋ, ਆਪਣੀ ਰਿਕੁਆਇਰਮੈਂਟਸ ਫਿਲਫਿਲ ਕਰੋ, ਅਗਰ ਤੁਹਾਡਾ ਗੈਪ ਹੈ, ਤੁਹਾਡਾ ਸਪਾਊਸ ਵੀਜ਼ਾ ਹੈ, ਕੁਛ ਵੀ ਧਿਆਨ ਦਿਓ, ਸਾਰੇ ਡਾਕੂਮੈਂਟਸ ਵੈਲ ਟੋਪ ਨੋਚ ਹੈ, ਅਤੇ ਡਰਨ ਦੀ ਲੋੜ ਹੀ ਨਹੀਂ। ਅਗਰ ਤੁਹਾਨੂੰ ਪਤਾ ਤੁਹਾਡੇ PT 'ਚ ਵਧੀਆ ਸਕੋਰ ਹੈ, ਤੁਹਾਨੂੰ ਸਕੋਲਰਸ਼ਿਪ ਮਿਲ ਜਾਣੀ ਹੈ, ਸਕੋਲਰਸ਼ਿਪ ਕਿਉਂ ਨਹੀਂ ਟਰਾਈ ਕਰਦੇ। ਅਗਰ ਤੁਸੀਂ ਮੈਲਬਰਨ ਜਾਣਾ, ਮੈਲਬਰਨ ਦੀ ਸਵਿਨਬਨ ਯੂਨੀਵਰਸਿਟੀ, ਮੈਂ ਪੜ੍ਹਿਆ ਉੱਥੇ, RMIT ਹੈ, ਫੈਡਰੇਸ਼ਨ ਯੂਨੀਵਰਸਿਟੀ ਹੈ, ਸਿਡਨੀ ਦੀ 2-4 ਹੈ, ਵੋਲੋਂਗ, ਜਿਹੜੀਆਂ ਯੂਨੀਵਰਸਿਟੀਜ਼ ਹੈ ਜਿਨ੍ਹਾਂ ਨੇ ਬੈਨ ਕੀਤਾ ਵੋਲੋਂਗੋਂਗ ਐਂਡ ਆਲ, ਇੱਥੇ ਐਂਟਰੀ ਮਾਰਨਾ ਈਜ਼ੀ ਸੀਗਾ। ਏਜੰਟ ਨੂੰ ਵੀ ਪਤਾ ਸੀਗਾ, ਸਟੂਡੈਂਟ ਨੂੰ ਵੀ ਪਤਾ ਸੀਗਾ, ਉਹ ਕਹਿੰਦਾ ਮੇਰਾ ਵੀਜ਼ਾ ਲਗਾ ਦਿਓ, ਬੱਚੇ ਇੱਦਾਂ ਕਹਿੰਦੇ ਕਿ ਮੇਰਾ ਵੀਜ਼ਾ ਲਗਾ ਦਿਓ, ਮੈਂ ਤਾਂ ਉੱਥੇ ਜਾਣਾ, ਠੀਕ ਹੈ। ਅਤੇ ਤਾਂ ਕਰਕੇ ਆਹ ਯੂਨੀਵਰਸਿਟੀ ਚੂਜ਼ ਕਰਦੇ ਸੀਗੇ, ਅਤੇ ਆਹ ਫੜੀ ਗਈ, ਹੁਣ ਕੰਮ ਪੈ ਗਿਆ ਨਾ। ਹੁਣ ਤੁਸੀਂ ਧਿਆਨ ਦੇਣਾ, ਅਗਰ ਆਸਟ੍ਰੇਲੀਆ ਜਾਣਾ, ਪ੍ਰੋਪਰ ਸਹੀ ਤਰੀਕੇ ਨਾਲ ਜਾਓ।